ਉਹਦੇ ਨਾਲ ਚਰਬੀ ਚੁਰਬੀ ਜਿਹੜੀ ਫਾਲਤੂ ਚਰਬੀ ਢਾਲ ਜਿਹੜੀ ਉਹ ਖਤਮ ਕਰਤੀ ਸਰੀਰ ਚੋਂ। ਅੱਛਾ, ਤੁਸੀਂ ਕਿੱਦਾਂ ਵਰਤਦੇ ਹੋ ਉਹਨਾਂ ਨੂੰ, ਕਿਉਂਕਿ ਲਾਈਵ ਕਾਫੀ ਜਣੇ ਸੁਣਦੇ ਆ ਤੇ ਤੁਹਾਨੂੰ ਕਿਸੇ ਨੂੰ ਫਾਇਦਾ ਹੋ ਸਕਦਾ ਉਸ ਚੀਜ਼ ਦਾ, ਤੇ ਹੋ ਸਕਦਾ ਆਪਾਂ ਇਹ ਵੀਡੀਓ ਤੇ YouTube ਤੋਂ ਪਾ ਦੇਈਏ। ਇੱਕ ਨਾ ਚਾਹ ਬਣਾਉਣੀ ਆ ਆਪਾਂ, ਚਾਹ ਜਿਹੜੀ ਹੁੰਦੀ ਹੁੰਦੀ ਬਲੈਕ, ਬਲੈਕ ਟੀ ਕਹਿੰਦੇ ਇਹਨੂੰ, ਹਾਂ ਬਲੈਕ ਟੀ ਉਹ ਟਿਪ ਵਾਲੀ ਹੋਵੇ ਤਾਂ ਵਧੀਆ। ਇੱਕ ਲੈਵਨ ਟੀ ਵੀ ਆਉਂਦੀ, ਹੁਣ ਤਾਂ ਬੜੀ ਤਰ੍ਹਾਂ ਦੀਆਂ ਟੀਆਂ ਆਉਂਦੀਆਂ ਗਈਆਂ। ਇੱਕ ਲੈਵਨ ਟੀ ਮੈਂ ਉਹ ਵਰਤੀ ਹੈਗੀ, ਉਹਦੇ ਵਿੱਚ ਥੋੜਾ ਜਿਹਾ ਨਿੰਬੂ ਪਾ ਲੈਣਾ, ਹਾਂ 2-4 ਤੌਂਕੇ ਨਿੰਬੂ ਦੇ, ਤੇ ਵਿੱਚ ਥੋੜਾ ਕਾਲਾ ਕਾਲਾ ਨੂਣ ਥੋੜਾ ਜਿਹਾ ਅੱਛਾ ਸਵਾਦ ਮੁਤਾਬਕ, ਉਹਨਾਂ ਉਹ ਪੀਣਾ ਲਗਾਤਾਰ ਤੜਕੇ ਉੱਠ ਕੇ। ਉਹਦੇ ਨਾਲ ਬੜਾ ਫਰਕ ਪਿਆ ਜੀ, ਉਹਦੇ ਨਾਲ ਤਾਂ ਜਮਾ ਹੀ ਸਰੀਰ ਜਮਾ ਕਰਤਾ, ਸੰਡ ਕਰਤੀ ਉਹਨੇ ਸਰੀਰ ਜਮਾ ਇਹ ਤੁਸੀਂ ਪਲੇਨ ਕਰ ਇਹ ਛੱਡਿਆ। ਨਰਨੇ ਕਾਲ ਚ ਲੈਣੇ ਜਾਂ ਜਦੋਂ ਮਰਜੀ? ਹਾਂ ਜੀ, ਇਹ ਨਰਨੇ ਕਾਲ ਚ ਸਵੇਰ ਨੂੰ ਉੱਠ ਕੇ ਲੈਣੇ ਹੋ? ਸਵੇਰ ਨੂੰ ਉੱਠ ਕੇ ਜੀ ਪਹਿਲਾਂ ਤਾਂ ਪਾਣੀ ਪੀਣਾ ਗਾ, ਗਲਾਸ 2 ਗਲਾਸ ਪਾਣੀ ਦੇ ਉਹ ਪੀਣੇ ਆ ਲਾ ਤੋ ਤੜਕੇ ਉੱਠ ਕੇ। ਇੱਕ ਫਿਰ ਗੇੜਾ ਕੱਢਣਾ, ਗੇੜਾ ਕੱਢ ਕੇ ਉਦੋਂ ਬਾਅਦ ਤੁਸੀਂ ਚਾਹ ਬਣਾ ਲਓ। ਚਾਹ ਬਣਾ ਕੇ ਉਹ ਚਾਹ ਦਾ ਇੰਨਾ ਕੁ ਫਾਇਦਾ ਹੈਗਾ ਵੀ ਚਾਹ ਤੁਸੀਂ ਪੀਓਗੇ ਇੱਕਦਮ ਭੱਜੋਗੇ ਬਾਥਰੂਮ ਨੂੰ, ਅੱਛਾ, ਉਹ ਇੰਨਾ ਕੁ ਜਾਣੀ ਕਿ ਵਧੀਆ ਪੇਟ ਸਾਫ ਕਰਦੀ ਉਹ ਚੀਜ਼। ਓ ਅੱਛਾ, ਠੀਕ ਹੈ, ਬਹੁਤ ਵਧੀਆ, ਬਹੁਤ ਵਧੀਆ ਗੱਲ ਹੈ। ਇਹ ਇਦਾਂ ਦੇ ਜਿਹੜੇ ਨੁਕਤੇ ਹੁੰਦੇ ਨਾ ਉਹ ਫਾਇਦਾ ਕਰ ਜਾਂਦੇ ਆ ਬਹੁਤ ਸਾਰੇ। ਉਹਦੇ ਨਾਲ ਬੜਾ ਮੈਨੂੰ ਫਰਕ ਪਿਆ ਉਹ ਚੀਜ਼ਾਂ ਨਾਲ। ਠੀਕ ਉਹ ਹੈ, ਫਿਰ ਤੜਕਾ ਮੈਂ ਹੁਣ ਫੇਰ ਉਹ ਤੜਕਾ ਤੁੜਕਾ ਜਾਂ ਫੇਰ ਲੱਗ ਗਿਆ ਖਾਣ, ਸਬਜ਼ੀ ਸੁਬਜ਼ੀ ਆਪਦੀ ਬਣਾਈ ਦੀ ਹੈਗੀ। ਬਚਾ ਰੱਖੋ, ਤਲਕਿਆਂ ਤੁਰਕਿਆਂ ਤੋਂ ਨਾ ਚੰਗੀ ਚੀਜ਼ਾਂ ਨਹੀਂ ਹੁੰਦੀਆਂ, ਨੁਕਸਾਨ ਕਰਦੀਆਂ। ਤੇਲ ਮੈਂ ਉਹ ਦੂਜਾ ਪਾਉਣਾ ਜੀ, ਉਹ ਨਹੀਂ ਹੁਣ ਮੈਂ ਤੇਲ ਉਹ ਬੰਦ ਕਰਤਾ। ਮੈਨੂੰ ਕਿਸੇ ਨੇ ਦੱਸਿਆ ਸੀਗਾ ਉਹ ਕਾਲੇ ਕਾਲੇ ਜੇ ਹੁੰਦੇ ਆ, ਕੀ ਕਹਿੰਦੇ ਹੁੰਦੇ ਇਹਨਾਂ ਨੂੰ ਜੀ? ਉਹ ਆਪਣਾ ਮੇਰੇ ਕੋ ਹੈਗਾ ਤੇਲ, ਉਹਦਾ ਮੈਨੂੰ ਭੁੱਲ ਗਿਆ ਨਾਂ ਦਾ, ਉਹ ਨਿੱਕੇ ਨਿੱਕੇ ਜੇ ਹੁੰਦੇ ਏਡੇ ਏਡੇ ਬੇਲਾਂ ਵਰਗੇ, ਜੈਤੂਨ ਦਾ ਤੇਲ। ਜੈਤੂਨ ਦਾ ਤੇਲ ਇੱਥੇ ਸਭ, ਇੱਥੇ ਜਾਣੀ ਕਿ ਬਹੁਤ ਮਸ਼ਹੂਰ ਹੈ ਜੈਤੂਨ ਦਾ ਤੇਲ, ਇੱਥੇ ਬਣਦਾ ਜੈਤੂਨ। ਬਹੁਤ ਬੈਸਟ ਹੁੰਦਾ ਉਹ, ਉਦਾਂ ਵੀ ਖਾਣੀ ਚਾਹੀਦੀ। ਉਹ ਮੈਨੂੰ ਕਿਸੇ ਨੇ ਦੱਸਿਆ, ਕਹਿੰਦੇ ਕਹਿੰਦੇ ਜੈਤੂਨ ਦਾ ਤੇਲ ਦੇ ਇੰਨੇ ਕੁ ਫਾਇਦੇ ਆ ਖਾਣ ਦੇ, ਇਹ ਨਾ ਤਾਂ ਚਰਬੀ ਬਣਾਵੇ ਸਰੀਰ ਚ ਤੇ ਜੈਤੂਨ ਇਹਦੇ ਫਾਇਦੇ ਬਹੁਤ ਹੈ। ਓਇਲ, ਇੰਗਲਿਸ਼ ਵਿੱਚ ਓਲਿਵ ਓਇਲ ਆਪਾਂ ਕਹਿੰਦੇ ਇਹਨੂੰ। ਓਲਿਵ ਓਇਲ, ਹਾਂਜੀ ਹਾਂਜੀ ਹਾਂਜੀ। ਬਾਕੀ ਇਹਦਾ ਉਹ ਕਹਿੰਦਾ ਵੀ ਇੱਕ ਇੱਕ ਚਮਚਾ ਉੱਠ ਤੜਕੇ ਉੱਠ ਕੇ ਨਿਰਣੇ ਕਾਲ ਜੀ ਦਾ ਲਿਆ ਕਰ, ਇਹਦੇ ਖਾਣ ਵਾਲਾ ਅਲੱਗ ਆਉਂਦਾ ਤੜਕੇ ਵਾਲਾ ਅਲੱਗ ਆਉਂਦਾ ਗਾ। ਉਹ ਬੜਾ ਉਹਦੇ ਉਹ ਬੜੀਆਂ ਮੈਨੂੰ ਫਾਇਦਾ ਦਿੱਤਾ ਉਹ ਚੀਜ਼ ਨੇ। ਉਹ ਮੈਂ ਉਦਾਂ ਵੀ ਲਿਆਇਆ ਸੀਗਾ, 2-3 ਕਿਲੋ ਮੈਂ ਲਿਆ ਕੇ ਰੱਖ ਲਿਆ ਉਹ, ਤੇ ਪਾਣੀ ਚ ਪਾ ਕੇ ਰਾਤ ਨੂੰ ਰੱਖ ਦੇਣਾ ਤੇ ਉਹਨੂੰ ਫਿਰ ਤੜਕੇ ਉੱਠ ਕੇ ਉਹੀ ਪਾਣੀ ਪੀਣਾ, ਪਾਣੀ ਲਾਲ ਹੋ ਜਾਂਦਾ ਪੂਰਾ ਉਹਦੇ ਨਾਲ, ਚੰਗੀ ਚੀਜ਼ ਹੈ, ਤੇ ਉਹਦੇ ਨਾਲ ਬੜਾ ਫਰਕ ਪਿਆ। ਬੜੀ ਠੰਡੀ ਚੀਜ਼, ਮੇਤੇ ਵਾਸਤੇ ਬੜੀ ਠੰਡੀ ਚੀਜ਼ ਹੈ। ਬਿਲਕੁਲ ਬਿਲਕੁਲ ਚੰਗੀ ਚੀਜ਼ ਹੈ। ਫੇਰ ਨੀ ਮੇਰੀ ਕਦੇ ਨਕਸੀਰ ਨੀ ਫੁੱਟੀ, ਕੁਛ ਨੀ ਹੋਇਆ, ਫੇਰ ਬਈ ਸਹੀ ਹੋ ਗਿਆ ਕੰਮ। ਚੰਗੀ ਗੱਲ ਆ, ਚਲੋ। ਤੇ ਬਲੱਡ ਬਲੱਡ ਬੜਾ ਬੜਾ ਵਾਧਾ, ਬਲੱਡ ਬੜਾ ਵਾਧਾ ਜੀ ਪਹਿਲਾਂ। ਫਿਰ ਮੈਂ ਜਦੋਂ ਦਾ ਆਹ ਚੀਜ਼ਾਂ ਚਾਲੂ ਕਰਤੀਆਂ, ਘਟਾਤਾ ਸਾਰਾ ਕੁਛ, ਓਇਲ ਚੇਂਜ ਬੰਦ ਕਰਤਾ, ਬਿਲਕੁਲ ਹੀ ਬਿਲਕੁਲ ਨੋਰਮਲ ਹੋ ਗਿਆ, ਕੋਈ ਬਲੱਡ ਨਹੀਂ ਵਧਿਆ ਕੁਛ ਨਹੀਂ, ਹੁਣ ਬਿਲਕੁਲ ਨੋਰਮਲ ਹੈ। ਚਲੋ ਜੀ, ਗੁੱਸਾ ਬੜਾ ਆਉਂਦਾ ਸੀ, ਗੁੱਸਾ ਬਲੱਡ ਵਾਧਾ ਫਿਰ ਗੁੱਸਾ ਬੜਾ ਆਇਆ ਕਰੇ, ਅੱਛਾ। ਆਪੇ ਤੋਂ ਬਾਹਰ ਹੋ ਜਾਂਦਾ ਸੀ, ਤੇ ਹੁਣ ਉਹ ਬਿਲਕੁਲ ਬਿਲਕੁਲ ਹੀ ਖਤਮ ਹੋ ਗਿਆ ਕੰਮ, ਬਿਲਕੁਲ ਬਿਲਕੁਲ ਬਿਲਕੁਲ, ਖਤਮ ਦੇਸੀ ਚੀਜ਼ਾਂ ਹੋ ਗਿਆ। ਹੁੰਦੀਆਂ, ਇਹਦੇ ਨਾਲ ਸਾਨੂੰ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੁੰਦਾ। ਇੱਕ ਨਾ ਇੰਸਟਾਗ੍ਰਾਮ ਤੇ ਆ ਭਾਜੀ ਇੱਕ ਬਣਿਆ ਵਾ ਗਰੁੱਪ ਬਣਿਆ ਵਾ ਆਯੁਰਵੇਦ ਕਾਲਿਆਂ ਦਾ, ਬੜੀਆਂ ਚੀਜ਼ਾਂ ਬੰਦਾ ਦੱਸਦਾ, ਉਹ ਬੜੀਆਂ ਵਧੀਆ ਵਧੀਆ ਚੀਜ਼ਾਂ ਦੱਸਦਾ ਵੀ ਆਹ ਚੀਜ਼ਾਂ ਰਗੜ ਕੇ ਐ ਕਰਕੇ ਪਾਓ ਤੇ ਐ ਕਰੋ। ਫੇਰ ਕਦੇ ਮਾਰਾਂ ਗੱਪਸ਼ੱਪ, ਚੰਗਾ ਲੱਗਾ ਤੇਰੇ ਨਾਲ ਗੱਲ ਕਰਕੇ। ਹਾਂ ਠੀਕ ਹੈ ਜੀ, ਓਕੇ ਮਿਹਰਬਾਨੀ। ਓਕੇ, ਥੈਂਕ ਯੂ ਸੋ ਮਚ। ਓਕੇ ਜੀ, ਓਕੇ ਓਕੇ ਜੀ, ਓਕੇ।